ਤੇ ਆਉਣ ਵਾਲੇ ਅਲਬਰਟਾ ਪ੍ਰੀਮੀਅਰ ਜੇਸਨ ਕੇਨੀ ਨੇ ਚੋਣਾਂ ਤੋਂ ਬਾਅਦ ਪਹਿਲੀ ਵਾਰ ਨਿਊਜ਼ ਕਾਨਫਰੰਸ ਰੱਖੀ। ਅਲਬਰਟਾ ਦੇ ਆਉਣ ਵਾਲੇ ਪ੍ਰੀਮੀਅਰ ਨੇ ਆਖਿਆ ਕਿ ਪ੍ਰਾਂਤ ਦੇ ਕਾਰਬਨ ਟੈਕਸ ਨੂੰ ਰੱਦ ਕਰਨ ਲਈ ਕਾਨੂੰਨ ਅਤੇ ਦੂਜਾ ਜੋ ਵਪਾਰਕ ਟੈਕਸ ਘਟਾ ਦੇਵੇਗਾ ਉਸਦੀ ਸਰਕਾਰ ਪਹਿਲਾਂ ਸੱਤਾ ਵਿੱਚ ਆਉਣ ਵਾਲੇ ਪਹਿਲੇ ਕਦਮ ਹੋਣਗੇ। ਜੇਸਨ ਕੇਨੀ ਅਤੇ ਉਹਨਾਂ ਦੀ ਕੈਬਨਿਟ 30 ਅਪ੍ਰੈਲ ਨੂੰ ਸੌਂ ਚੁੱਕੇਗੀ, ਜਿਸ ਤੋਂ ਬਾਅਦ ਆਪਣੇ ਸਮਰਥਕਾਂ ਨੂੰ ਕੇਨੀ ਨੇ ਇਹ ਵਾਅਦਾ ਕੀਤਾ ਕਿ ਪ੍ਰੀਮੀਅਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਉਹ NDP ਦੇ ਕਾਰਬਨ ਟੈਕਸ ਨੂੰ ਮਨਸੂਖ ਕਰਨਗੇ। ਦੇ ਨਾਲ ਹੀ ਉਹਨਾਂ ਸਾਰੇ ਕੰਜ਼ਰਵੇਟਿਵ ਪ੍ਰੀਮੀਅਰਸ ਦੇ ਨਾਲ ਰਲ ਕੇ ਇਸ ਮੁੱਦੇ ਉੱਤੇ ਫੈਡਰਲ ਸਰਕਾਰ ਨੂੰ ਅਦਾਲਤ ਵਿੱਚ ਘੜੀਸਣ ਦੀ ਵੀ ਗੱਲ ਆਖੀ। ਇਸ ਤੋਂ ਇਲਾਵਾ ਕੇਨੀ ਨੇ ਪਾਈਪਲਾਈਨਾਂ ਦੇ ਨਿਰਮਾਣ ਦੀ ਖਿਲਾਫਤ ਕਰਨ ਵਾਲਿਆਂ ਖਿਲਾਫ ਜੰਗ ਵਿੱਢਣ ਅਤੇ ਉਹਨਾਂ ਨੂੰ ਅਦਾਲਤ ਵਿੱਚ ਇਸ ਬਾਰੇ ਚੁਣੌਤੀ ਦੇਣ ਦਾ ਵੀ ਐਲਾਨ ਕੀਤਾ। ਕੇਨੀ ਨੇ ਤਹੱਈਆ ਪ੍ਰਗਟਾਉਂਦੇ ਆਖਿਆ ਕਿ ਜਿਸ ਕਿਸੇ ਨੇ ਅਲਬਰਟਾ ਦੀ ਤੇਲ ਅਤੇ ਗੈਸ ਸਨਅਤ ਦਾ ਵਿਰੋਧ ਕੀਤਾ, ਅਸੀਂ ਉਸਦੇ ਖਿਲਾਫ ਜੰਗ ਦਾ ਬਿਗੁਲ ਵਜਾਵਾਂਗੇ। ਉਹਨਾਂ ਆਖਿਆ ਕਿ ਅਸੀਂ ਆਪਣੇ ਆਪ ਲਈ ਆਪਣੇ ਰੁਜ਼ਗਾਰ ਅਤੇ ਭਵਿੱਖ ਦੇ ਨਾਲ ਖੜੇ ਹੋਵਾਂਗੇ। Work has already begun in planning to implement the agenda which Albertans endorsed yesterday. So bill number 1 in that legislature session will be the Carbon Tax Repeal Act. Bill number 2 will be the Open for Business Act. We will also pass the first installment of the job creation tax cut in that first session of the legislature, part of a plan that will create at least 55,000 new full-time private sector jobs. For all of those Albertans, hope is on the way. A government that will be obsessed with job creation and economic growth, with getting a fair deal for Alberta in the Canadian Federation. We're already off to a great start, and I can't wait for the days that are yet to come, brighter days for the people of Alberta.